ਰਿਹਾ ਸੀ ਨਾ ਆਪਣਾ ਪਿੰਡ ਤੇ ਇਹ ਉੱਕਾ ਇੰਜ ਬਖਾਨੇ ਨੇ ਚਾਗ ਛਾਗ ਬਾਲੀ ਦੀ ਤੇ ਉੱਤੇ ਉਹ ਤੰਬਾਕੂ ਸ਼ਬਾਕੂ ਰੱਖਿਆ ਤੇ ਉੱਤੇ ਲੱਕੜੀਆਂ ਰੱਖੀਆਂ ਜੇ ਜਿਵੇਂ ਲੱਕੜੀਆਂ ਜਿਤਨੀਆਂ ਹੋਣ ਨਾ ਉੱਤੇ ਸਹੀ ਅੱਗ ਲੱਕੜੀ ਸਹੀ ਹੋਵੇ ਪੱਕੀ ਹੋਵੇ ਤੇ ਉਹਦੇ ਨਾਲ ਅੱਗ ਜਿਹੜੇ ਉੱਕਾ ਜ਼ਿਆਦਾ ਚਿਰ ਕੱਟਦਾ ਹੈ ਮਤਲਬ ਸੁਬਾਹ ਲੱਗ ਕੇ ਸ਼ਾਮ ਤੱਕ ਰਿਹਾ ਰਹਿੰਦਾ ਜੇ ਪੁਰਾਣਾ ਵਕਤ ਆਈ ਨਾ ਪੁਰਾਣਾ ਵਕਤ ਉਸੇ ਬੰਦੇ ਨਹੀਂ ਕਰਦੇ ਹਨ ਅੱਗ ਦਬਾਅ ਛੱਡਦੇ ਹੁੰਦੇ ਮਾਸ਼ਾਂ ਗਾਹਣ ਹੁੰਦੀਆਂ ਨਾ ਉਹ ਫਿਰ ਸੁਣਦੇ ਨਾ ਅੱਗ ਦਬਾਅ ਛੱਡਣੀ ਉਹਨਾਂ ਅੱਗ ਔਰ ਫਿਰ ਦੂਜੇ ਦਿਨ ਵੀ ਉਹ ਅੱਗ ਚੱਲਦੀ ਰਹਿੰਦੀ ਫਿਰ ਉਹਦੇ ਦੁੱਕਾ ਬਖਾਣਾ ਉਹਦੇ ਨਾਲ ਮਾਮਲਾ ਚਲਾਉਣਾ ਉਸ ਵਕਤ ਇਹ ਮਾਸ਼ਾਂ ਵਾਲਾ ਚੱਕਰ ਨਹੀਂ ਸੀ ਹੈ ਉਹ ਇਹ ਮਾਮਲਾ ਮੈਂ ਆਪ ਵੇਖਿਆ ਕਿ ਮਾਸ਼ਾਂ ਬਹੁਤ ਘੱਟ ਹੁੰਦੀਆਂ ਸ਼ਹਿਰਾਂ 'ਚ ਹੁੰਦੀਆਂ ਹਨ ਲੇਕਿਨ ਇੱਥੇ ਉਹ ਮਾਸ਼ਾਂ ਹੁੰਦੀਆਂ ਦੂਜੀਆਂ ਕਾਗਜ਼ ਵਾਲੀਆਂ ਅਤੇ ਉਹ ਮਾਚਿਸ ਜਿਹੜੀ ਨਾ ਉਹ ਜਾਂਦੀ ਸੀ ਉਹਦਾ ਆਪਣਾ ਉਹ ਗਿੱਲੀ ਹੁੰਦੀ ਸੀ ਨਾ ਜੇ ਪਿੰਡਾਂ 'ਚ ਤਾਂ ਆਪਣਾ ਗਿੱਲੀ ਹੁੰਦੀ ਨਮੀ ਹੁੰਦੀ ਸੀ ਉਹਦੀ ਵਜ੍ਹਾ ਤੋਂ ਜਬਲ ਦਿਨ ਬਾਰ ਬਾਰ ਬਲਣੀ ਨਾ ਉਹ ਫਿਰ ਜ਼ਿਆਦਾ ਲੋਕਾਂ ਇਹ ਕਰਨਾ ਇੱਕ ਪਿੰਡਾਂ 'ਚ ਵੀ ਰਿਵਾਜ਼ ਸੀ ਅਤੇ ਅੱਗ ਜਿਹੜੀ ਨਾ ਉਹ ਬੀਬੀਆਂ ਜਿਹੜੀ ਦੂਜੀਆਂ ਲੋ ਅੱਗ ਲੈ ਆਉਣੀਆਂ ਤੋਂ ਅੱਗ ਬਾਲ ਲੈਣਾ ਅੱਗ ਮਤਲਬ ਇਸ ਤਰ੍ਹਾਂ ਚੱਲਦਾ ਰਹਿੰਦਾ ਸੀ ਇਹ ਗਾਰਾ ਬਾਲਣੀ ਦੂਜੀ ਅੱਗ ਟੁਰਦੀ ਟੁਰਦੀ ਇਸ ਤਰ੍ਹਾਂ ਜੀ ਅੱਜ ਹੈ ਉਹ ਇਸ ਤਰ੍ਹਾਂ ਹੁੰਦਾ ਸਾਰਾ ਸਿਸਟਮ ਹੁੰਦਾ ਇਹ ਔਕਾ ਹੁੰਦਾ ਅਤੇ ਔਕਾ ਚਿਕਦਿਨ ਬੰਦੇ ਜਿਹੜੇ ਪਾਣੀ ਵਿੱਚੋਂ ਨਿਕਲ ਕੇ ਆਉਂਦਾ ਜਿਵੇਂ ਸ਼ਹਿਰਾਂ 'ਚ ਨਹੀਂ ਹੁੰਦਾ ਸ਼ੀਸ਼ਾ ਜਿੰਨਾ ਦਿਨ ਇਹ ਸ਼ੀਸ਼ਾ ਹੀ ਸਮਝੋ ਅਤੇ ਇਹ ਚਿਕਦਿਨ ਇਹ ਤਾਂ ਬਗੈਰ ਗੁਜ਼ਾਰਾ ਨਹੀਂ ਹੈ ਇਹ ਜੱਟ ਆ ਦਿਨ ਕਿ ਜ਼ਿਮੀਂਦਾਰੇ ਮਜ਼ਾ ਨਹੀਂ ਹੁੰਦਾ ਅਤੇ ਆਹ ਅੱਗ ਸੇਕ ਲਈ ਹੈ ਕਿਉਂਕਿ ਸਰਦੀ ਬੜੀ ਹੈ ਨਾ ਅਤੇ ਅੱਗ ਬਾਲੀ ਜੀ ਮਾਲੇ ਡਗਰੇ ਕੋਲ ਦਾ ਸਾਰੇ ਕੰਮ ਜਿਹੜੇ ਵਾਈ ਵਾਲਾ ਇਹ ਸਾਰਾ ਮੈਂ ਕਰਦਾ ਗਿਆ ਇਹ ਸਾਰੀਆਂ ਚੀਜ਼ਾਂ ਮੇਰੇ ਪਤਾ ਪੱਠੇ ਵੱਟਣੇ ਵਾਲਾ ਸਾਰਾ ਕੰਮ ਸਾਰੇ ਮਾਮਲਾਤ ਕਰਦੇ ਰਹੇ ਤੇ ਹੁਣ ਜ਼ਹਿਰੀ ਗੱਲ ਇਸਲਾਮਾਬਾਦ ਜਿਵੇਂ ਸਹੂਲਤਾਂ ਆ ਗਈਆਂ ਫਿਰ ਜਿਵੇਂ ਜ਼ਿੰਦਗੀ ਹੁੰਦੀ ਹੈ ਹੁੰਦੀ ਹੈ ਇਹ ਬੋਰਡ ਜਿਹੜੀ ਹੁੰਦੀ ਹੈ ਬੋਰਡ ਸੁਹੇਲ ਜਿਹੜਾ ਬੋਰਡ ਦੀ ਵੀਡੀਓ ਬਣਾਈ ਇਹ ਬੋਰਡ ਜਿਹੜੀ ਹੈ ਨਾ ਬੋਰਡ ਇਹਦੀ ਬੜੀ ਛਾਂ ਹੁੰਦੀ ਹੈ ਇਹਦੇ ਥੱਲੇ ਖੁੱਲੀ ਨਹੀਂ ਮਾਲ ਚੋਖਾ ਚੋਖਾ ਵੱਜ ਜਾਂਦਾ ਇਹਦੇ ਥੱਲੇ ਅਤੇ ਅੱਜ ਕੱਲ੍ਹ ਬੰਦੇ ਪੀਟਰ ਨਾਲ ਆਇਆ ਜਿੱਥੇ ਬਿਜਲੀ ਨਹੀਂ ਆ ਉੱਥੇ ਪੀਟਰ ਨਾਲ ਪੱਠੇ ਕੁਤਰ ਲੈਂਦੇ ਨੇ ਪੀਟਰ ਇੰਜਣ ਚਲਾਇਆ ਪੱਠੇ ਕੋਈ ਤੇਲ ਥੋੜ੍ਹਾ ਪਾਇਆ ਤਾਂ ਆਪਣਾ ਪੱਠੇ ਕੁਤਰ ਲਏ ਅਤੇ ਬਸ ਇਹੀ ਮਿਹਰਬਾਨੀ ਬਹੁਤ ਸ਼ੁਕਰੀਆ